ਦੇਸ਼ ਦੇ ਵਿੱਚ ਇੱਕ ਵਾਰ ਮੁੜ ਤੋਂ ਮੋਦੀ ਸਰਕਾਰ ਬਣਨ ਲਗਭਗ ਤੈਅ ਹੋ ਚੁੱਕਿਆ। ਸਾਰੀਆਂ ਅਟਕਲਾਂ ਦੂਰ ਹੋ ਚੁੱਕੀਆਂ ਨੇ। ਨਿਤੀਸ਼ ਕੁਮਾਰ ਅਤੇ ਨਾਇਡੂ ਦੇ ਵੱਲੋਂ ਸਮਰਥਨ ਦਿੱਤਾ ਗਿਆ। NDA ਦੀ ਬੈਠਕ ਦੇ ਵਿੱਚ ਇਹ ਦੋਵੇਂ ਦਿੱਗਜ ਲੀਡਰ ਨਜ਼ਰ ਆਏ। PM ਮੋਦੀ ਦੇ ਨਾਲ ਵਾਲੀਆਂ ਕੁਰਸੀਆਂ 'ਤੇ ਬੈਠੇ ਇਹ ਦੋਵੇਂ ਲੀਡਰ ਦਿਸੇ ਨੇ। ਤਾਂ ਦੱਸ ਦਈਏ ਕਿ NDA ਨੂੰ ਇਹਨਾਂ ਦੇ ਵੱਲੋਂ ਸਮਰਥਨ ਆ ਜਿਹੜਾ ਦਿੱਤਾ ਗਿਆ। ਹਾਲਾਂਕਿ ਭਾਜਪਾ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਦੀਆਂ 240 ਸੀਟਾਂ ਜਿੱਤੀਆਂ ਗਈਆਂ ਨੇ। TDP ਅਤੇ JDU ਦੇ ਸਿਰ 'ਤੇ NDA ਦੀ ਦੇਸ਼ ਦੇ ਵਿੱਚ ਸਰਕਾਰ ਬਣੇਗੀ। NDA ਸਰਕਾਰ ਦੇ ਗਠਨ ਨੂੰ ਲੈ ਕੇ ਅਟਕਲਾਂ ਦੇ ਵਿਚਕਾਰ ਸੱਤਾਧਾਰੀ ਗਠਜੋੜ ਦੇ ਭਾਈਵਾਲ ਨਿਤੀਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਨੇ ਭਾਜਪਾ ਨੂੰ ਸਮਰਥਨ ਦੇ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ NDA ਦੀ ਇਹ ਬੈਠਕ ਆ ਜਿਹੜੀ ਕੀਤੀ ਗਈ। ਦੱਸ ਦਈਏ ਕਿ TDP ਕੋਲ ਇਸ ਵੇਲੇ 14 ਸੀਟਾਂ ਨੇ, ਜਦਕਿ JDU ਦੇ ਕੋਲ 12 ਸੀਟਾਂ ਨੇ। ਔਰ ਇਹਨਾਂ ਦੋਵੇਂ ਦਿੱਗਜ ਪਾਰਟੀਆਂ ਦੇ ਸਿਰ 'ਤੇ NDA ਦੀ ਦੇਸ਼ ਦੇ ਵਿੱਚ ਸਰਕਾਰ ਬਣੇਗੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ NDA ਦੀ ਬੈਠਕ ਲਗਭਗ 1 ਘੰਟਾ ਚੱਲੀ। 10 ਤੋਂ ਵੱਧ ਪਾਰਟੀਆਂ ਦੇ ਆਗੂਆਂ ਨੇ ਇਸ ਬੈਠਕ ਦੇ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਦੇ ਵਿੱਚ JDU ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, TDP ਮੁਖੀ ਚੰਦਰ ਬਾਬੂ ਨਾਇਡੂ, AJSU ਮੁਖੀ ਸੁਦੇਸ਼ ਮਹਾਤੋ, RLD ਦੇ ਜਯੰਤ ਚੌਧਰੀ, ਜਨ ਸੈਨਾ ਪਾਰਟੀ ਦੇ ਮੁਖੀ ਪਵਨ ਕਲਿਆਣ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, KJS ਦੇ ਰਾਮਵਿਲਾਸ, ਦਿੱਗਜ ਨੇਤਾ ਚਿਰਾਗ ਪਾਸਵਾਨ ਆਪਣਾ ਦਲ ਸ਼ਾਮਲ ਨੇ। ਤਾਂ ਦੱਸ ਦਈਏ ਕਿ ਇਹਨਾਂ ਲੀਡਰਾਂ ਦੇ ਵੱਲੋਂ ਜੋ ਵੱਖ ਵੱਖ ਪਾਰਟੀਆਂ ਦੇ ਵੱਲੋਂ ਸਮਰਥਨ ਆ ਜਿਹੜਾ ਉਹ ਦਿੱਤਾ ਗਿਆ, ਉਹਨਾਂ ਦੇ ਵੱਲੋਂ ਆਪੋ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਵੀ ਇਸ ਬੈਠਕ ਦੇ ਵਿੱਚ ਵਿਚਾਰੀਆਂ ਗਈਆਂ ਨੇ ਕਿ ਜੇਕਰ ਮੋਦੀ ਸਰਕਾਰ ਇੱਕ ਵਾਰ ਫਿਰ ਤੋਂ ਆਉਂਦੀ ਹੈ, ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਦੇ ਨੇ, ਤਾਂ ਸਾਡੀਆਂ ਇਹ ਮੰਗਾਂ ਨੇ, ਚਾਹੇ ਮੰਤਰਾਲਿਆਂ ਦੀ ਗੱਲ ਹੋਵੇ ਜਾਂ ਸਪੀਕਰ ਦੀ ਗੱਲ ਹੋਵੇ। ਸੂਤਰਾਂ ਦੇ ਮੁਤਾਬਿਕ TDP ਨੇ 6 ਮੰਤਰਾਲਿਆਂ ਦੀ ਮੰਗ ਕੀਤੀ ਹੈ ਔਰ ਸਪੀਕਰ ਦਾ ਅਹੁਦਾ ਜਿਹੜਾ ਉਹ ਮੰਗਿਆ ਹੈ। ਇਸ ਦੇ ਨਾਲ ਹੀ JDU ਨੇ 3 ਮੰਤਰੀਆਂ ਦੀ ਮੰਗ ਕੀਤੀ ਹੈ, ਚਿਰਾਗ ਨੇ 2, ਸ਼ਿੰਦੇ ਨੇ ਵੀ 2। ਤਾਂ ਹੁਣ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਕਿ ਆਖਿਰਕਾਰ PM ਮੋਦੀ ਅਤੇ ਸੈਂਟਰ ਦੀ ਲੀਡਰਸ਼ਿਪ ਕਿਹੜੇ ਮੰਤਰੀ ਬਣਾਉਂਦੀ ਹੈ ਔਰ ਕਿਹੜੀ ਪਾਰਟੀ ਦੇ ਵਿੱਚੋਂ ਕਿਹੜੇ ਆਗੂਆਂ ਨੂੰ ਚੁਣਦੀ ਹੈ ਔਰ ਉਹਨਾਂ ਨੂੰ ਕਿਹੜੇ ਮੰਤਰਾਲੇ ਸੌਂਪਦੀ ਹੈ। ਤਾਂ ਦੱਸ ਦਈਏ ਕਿ ਲਗਭਗ NDA ਦੀ ਸਰਕਾਰ ਬਣਨਾ ਦੇਸ਼ ਦੇ ਵਿੱਚ ਤੈਅ ਹੋ ਚੁੱਕਿਆ। ਨਾਇਡੂ ਅਤੇ ਨਿਤੀਸ਼ ਕੁਮਾਰ ਦੇ ਵੱਲੋਂ ਸਮਰਥਨ ਆ ਜਿਹੜਾ ਉਹ ਦਿੱਤਾ ਗਿਆ, ਕਿਉਂਕਿ TDP ਕੋਲ 16 ਅਤੇ JDU ਕੋਲ 12 ਸੀਟਾਂ ਨੇ ਔਰ ਇਹਨਾਂ ਤੋਂ ਬਿਨਾਂ NDA ਆਪਣੀ ਸਰਕਾਰ ਦੇਸ਼ ਦੇ ਵਿੱਚ ਨਹੀਂ ਬਣਾ ਸਕਦੇ। ਤਾਂ ਹੁਣ ਇਹਨਾਂ ਦੋਵੇਂ ਦਿੱਗਜਾਂ ਦੇ ਵੱਲੋਂ ਪਾਰਟੀ ਨੂੰ ਸਮਰਥਨ ਆ ਜਿਹੜਾ ਉਹ ਦਿੱਤਾ ਗਿਆ, ਭਾਜਪਾ ਦੇ ਨਾਲ ਸਹਿਮਤ ਹੋਏ ਨੇ, ਤਾਂ ਆਪੋ ਆਪਣੀਆਂ ਮੰਗਾਂ ਨੇ ਜਿਹੜੀਆਂ ਇਸ ਵੇਲੇ ਇਹਨਾਂ ਦਿੱਗਜਾਂ ਦੇ ਵੱਲੋਂ ਰੱਖੀਆਂ ਗਈਆਂ ਨੇ। ਤਾਂ ਦੱਸ ਦਈਏ ਕਿ PM ਮੋਦੀ ਦੇ ਘਰ ਦੇ ਵਿੱਚ ਇਹ ਬੈਠਕ ਆ ਜਿਹੜੀ ਰੱਖੀ ਗਈ ਹੈ ਔਰ 10 ਪਾਰਟੀਆਂ ਦੇ ਆਗੂ ਨੇ ਜਿਹੜੇ ਇਸ ਬੈਠਕ ਦੇ ਵਿੱਚ ਸ਼ਾਮਲ ਹੋਏ ਨੇ, NDA ਦਾ ਹਿੱਸਾ ਨੇ। ਤਾਂ ਪਹਿਲਾਂ ਕਿਆਸ ਰਹੀਆਂ ਚਰਚੇ ਸੀ ਕਿ ਆਖਿਰਕਾਰ ਨਾਇਡੂ ਅਤੇ ਨਿਤੀਸ਼ ਕੁਮਾਰ NDA ਨੂੰ ਸਮਰਥਨ ਨਹੀਂ ਦੇਣਗੇ, ਤਖ਼ਤਾ ਪਲਟ ਕਰਨਗੇ, ਪਰ ਅਜਿਹਾ ਨਹੀਂ ਹੋਇਆ। ਤਾਂ ਹੁਣ ਦੇਸ਼ ਦੇ ਵਿੱਚ ਇੱਕ ਵਾਰ ਮੁੜ ਤੋਂ ਮੋਦੀ ਸਰਕਾਰ ਬਣੇਗੀ ਔਰ ਨਾਇਡੂ ਅਤੇ ਨਿਤੀਸ਼ ਕੁਮਾਰ ਦੇ ਵੱਲੋਂ ਸਮਰਥਨ ਆ ਜਿਹੜਾ ਉਹ NDA ਨੂੰ ਦੇ ਦਿੱਤਾ ਗਿਆ।